ਅੱਜ ਅਸੀਂ ਨਾਥਾਂ ਅਤੇ ਜੋਗੀਆਂ ਦੇ ਸਾਹਿਤ ਬਾਰੇ ਗੱਲ ਕਰਾਂਗੇ। 1500 ਈਸਵੀ ਤੱਕ ਜੋ ਸਾਹਿਤ ਰਚਿਆ ਗਿਆ ਹੈ ਉਸ ਵਿੱਚ ਨਾਥਾਂ ਅਤੇ ਜੋਗੀਆਂ ਦਾ ਬਹੁਤ ਮਹੱਤਵਪੂਰਨ ਰੋਲ ਹੈ। ਪਿਛਲੀ ਵੀਡੀਓ ਦੇ ਵਿੱਚ ਅਸੀਂ ਮਛਿੰਦਰ ਨਾਥ ਬਾਰੇ ਜਾਣਕਾਰੀ ਹਾਸਲ ਕੀਤੀ ਸੀ, ਅੱਜ ਅਸੀਂ ਗੋਰਖਨਾਥ ਬਾਰੇ ਜਾਣਕਾਰੀ ਹਾਸਲ ਕਰਾਂਗੇ। ਗੋਰਖਨਾਥ ਮਛਿੰਦਰ ਨਾਥ ਦਾ ਚੇਲਾ ਸੀ। ਉਸਦੀ ਜਨਮ ਮਿਤੀ ਬਾਰੇ ਵਿਦਵਾਨਾਂ ਦੀ ਇੱਕ ਰਾਏ ਨਹੀਂ ਹੈ। ਕਈ ਵਿਦਵਾਨ ਉਹਨਾਂ ਦੇ ਜਨਮ ਨੂੰ 9ਵੀਂ 10ਵੀਂ ਸਦੀ ਵਿੱਚ ਮੰਨਦੇ ਹਨ ਅਤੇ ਕਈ ਵਿਦਵਾਨ 11ਵੀਂ 12ਵੀਂ ਸਦੀ ਵਿੱਚ। ਭਾਰਤ ਵਿੱਚ ਕਈ ਥਾਂ ਉਸਦੇ ਮੰਦਰ ਹਨ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਸ਼ਹਿਰ ਵਿੱਚ ਉਸਦਾ ਪ੍ਰਮੁੱਖ ਧਾਮ ਹੈ ਜਿੱਥੇ ਕਨਪਾਟੇ ਜੋਗੀ ਰਹਿੰਦੇ ਹਨ। ਨੇਪਾਲ ਵਿੱਚ ਗੋਰਖਾ ਜਾਤੀ ਦਾ ਨਾਂ ਉਸਦੀ ਮਾਨਤਾ ਕਰਕੇ ਹੈ। ਨੇਪਾਲ ਵਿੱਚ ਉਸਨੂੰ ਪਸ਼ੂਪਤੀ ਅਵਤਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਗੋਰਖਨਾਥ ਨੂੰ ਸ਼ਿਵੀ ਦਾ ਅਵਤਾਰ ਮੰਨਿਆ ਗਿਆ ਹੈ। ਗੋਰਖਨਾਥ ਬਾਰੇ ਇਹ ਕਥਾ ਮਸ਼ਹੂਰ ਹੈ ਕਿ ਉਸਦਾ ਗੁਰੂ ਮਛਿੰਦਰ ਕਾਮਰੂਪ ਦੇਸ਼ ਵਿੱਚ ਦਰਿਆ ਜਾਲ ਦਾ ਸ਼ਿਕਾਰ ਹੋ ਗਿਆ ਸੀ ਅਤੇ ਗੋਰਖਨਾਥ ਉੱਥੋਂ ਉਸਨੂੰ ਮੁਕਤ ਕਰਾ ਕੇ ਲੈ ਕੇ ਆਇਆ ਸੀ। ਗੋਰਖਨਾਥ ਨੇ ਦੇਸ਼ ਪ੍ਰਦੇਸ਼ ਵਿੱਚ ਯੋਗ ਮਤ ਦਾ ਪ੍ਰਚਾਰ ਕੀਤਾ। ਉਸਨੇ ਆਪਣੇ ਚੇਲਿਆਂ ਨੂੰ 12 ਪੰਥਾਂ ਵਿੱਚ ਵੰਡਿਆ ਤਾਂ ਕਿ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਯੋਗ ਮਤ ਦਾ ਪ੍ਰਚਾਰ ਹੋ ਸਕੇ ਅਤੇ ਜਿਹੜੇ 12 ਪੰਥ ਸਨ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਹੈ, ਸੱਤਿਆਨਾਸੀ, ਧਰਮਨਾਥੀ, ਰਾਮ ਪੰਥ, ਪਾਗਲ ਪੰਥ, ਨਦੇਸ਼ਵਰੀ, ਕਨਣ, ਕਿਪਲਾਨੀ, ਵੈਰਾਗੀ, ਮਾਨਨਾਥੀ, ਆਈ ਪੰਥ, ਧਜ ਪੰਥ, ਗੰਗਾਨਾਥੀ। ਗੁਰਖਨਾਥ ਦੇ ਨਾਂ ਹੇਠ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਹਨ ਜਿਹੜੀਆਂ ਡਾਕਟਰ ਪਤੰਬਰ ਦੱਤ ਬੜਥਵਾਲ ਨੇ ਗੁਰਖ ਬਾਣੀ ਕਿਤਾਬ ਵਿੱਚ ਦਰਜ ਕੀਤੀਆਂ ਹਨ। ਉਹਨਾਂ ਦਾ ਸੰਖੇਪ ਬਿਰਬਾ ਇਸ ਤਰ੍ਹਾਂ ਹੈ, ਅਵਧੂਤ ਗੀਤਾ, ਯੋਗ ਮਾਰਤੰਡ, ਯੋਗ ਚਿੰਤਾਮਣੀ, ਯੋਗ ਸ਼ਾਸਤਰ, ਵਿਵੇਕ ਮਾਰਤੰਡ, ਸ਼੍ਰੀ ਨਾਥ ਸੂਤਰ, ਨਾੜੀ ਗਿਆਨ ਪ੍ਰਦੀਪਕਾ, ਸਿੱਧ ਸਿਧਾਂਤ ਪੱਧਤੀ ਅਤੇ ਹੱਠ ਯੋਗ ਆਦਿ। ਗੋਰਖਨਾਥ ਦੀਆਂ ਕਾਵਿ ਰਚਨਾਵਾਂ ਤੋਂ ਉਸਦੀ ਭਾਸ਼ਾ, ਉਹਦਾ ਜੀਵਨ ਦਰਸ਼ਨ ਅਤੇ ਉਪਦੇਸ਼ ਦੀ ਜਾਣਕਾਰੀ ਹਾਸਲ ਹੁੰਦੀ ਹੈ। ਉਹਦੀ ਰਚਨਾਵਾਂ ਦੀਆਂ ਕੁਝ ਪੰਗਤੀਆਂ ਅਸੀਂ ਪੇਸ਼ ਕਰ ਰਹੇ ਹਾਂ। ਹੱਸਿਆ ਖੇਲਿਆ ਰਿਹਾ ਰੰਗ, ਕਾਮ ਕ੍ਰੋਧ ਨਾ ਕਰਿਆ ਸੰਗ, ਆਤਮ ਮਦੇ ਪਰਮਾਤਮਾ ਦਿਸੇ, ਜਿਆ ਜਲ ਮਦੋ ਚੰਦਾ, ਬਦੰਤ ਗੋਰਖਨਾਥ ਆਤਮਾ ਵਿਚਾਰਤ, ਜਿਉਂ ਜਲ ਦਿਸੇ ਚੰਦਾ। ਜਨਮ ਸਾਖੀਆਂ ਵਿੱਚ ਗੋਰਖਨਾਥ ਅਤੇ ਗੁਰੂ ਨਾਨਕ ਦੇਵ ਜੀ ਵਿਚਕਾਰ ਹੋਈ ਵਿਚਾਰ ਚਰਚਾ ਦਾ ਵੀ ਜ਼ਿਕਰ ਹੈ। ਗੋਰਖਨਾਥ ਨੇ ਗੁਰੂ ਨਾਨਕ ਦੇਵ ਜੀ ਨੂੰ ਕਈ ਸਵਾਲ ਕੀਤੇ। ਉਹਨਾਂ ਸਵਾਲਾਂ ਦੇ ਜਵਾਬ ਜਪਜੀ ਸਾਹਿਬ ਦੀਆਂ 4 ਪੌੜੀਆਂ ਦੇ ਵਿੱਚ 28ਵੀਂ 29ਵੀਂ 30ਵੀਂ ਅਤੇ 31ਵੀਂ ਪੌੜੀ ਦੇ ਵਿੱਚ ਦਰਜ ਹੈ। ਵਿਚਾਰ ਚਰਚਾ ਤੋਂ ਅਸੀਂ ਇਸ ਗੱਲ 'ਤੇ ਸਿੱਟੇ 'ਤੇ ਪਹੁੰਚਦੇ ਹਾਂ ਕਿ ਗੋਰਖਨਾਥ ਨੇ ਜਿੱਥੇ ਯੋਗ ਮਤ ਦਾ, ਨਾਥ ਮਤ ਦਾ ਪ੍ਰਚਾਰ ਕੀਤਾ, ਉਸਦੇ ਨਾਲ ਨਾਲ ਉਸਨੇ ਸਾਹਿਤ ਰਚਨਾ ਵੀ ਕੀਤੀ ਅਤੇ ਉਸਨੇ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਨਿਕਾਸ ਵਿਕਾਸ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ। ਅਸੀਂ ਨਾਥਾਂ ਅਤੇ ਜੋਗੀਆਂ ਦੇ ਸਾਹਿਤ ਬਾਰੇ ਇਸੇ ਤਰ੍ਹਾਂ ਜਾਣਕਾਰੀ ਹਾਸਲ ਕਰਦੇ ਰਹਾਂਗੇ। ਅਗਲੀ ਕੜੀ ਦੇ ਵਿੱਚ ਅਸੀਂ ਜਲੰਧਰ ਨਾਥ ਬਾਰੇ ਜਾਣਾਂਗੇ ਅਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਗੱਲ ਸੰਭਵ ਹੈ। ਤੁਸੀਂ ਜਦੋਂ ਸਾਡੀਆਂ ਵੀਡੀਓ ਦੇਖਦੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਹਦੇ ਬਾਰੇ ਕਮੈਂਟ ਕਰੋ ਅਤੇ ਇਸ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ, ਸਾਹਿਤ ਦੇ ਪ੍ਰੇਮੀਆਂ ਤੱਕ ਇਹ ਵਿਚਾਰ ਚਰਚਾ ਪਹੁੰਚ ਸਕੇ। ਬਹੁਤ ਬਹੁਤ ਧੰਨਵਾਦ।